ਜੀ ਕਿੱਦਾਂ ਜੀ ਸਾਰੇ ਤੇ ਦੇਸੀ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆ ਵੈਲ ਇਹ ਹਫਤਾ ਜੀ ਕਾਫੀ ਜ਼ਿਆਦਾ ਇੰਟਰਸਟਿੰਗ ਰਹਿਣ ਵਾਲਾ ਹੈ ਕਿਉਂਕਿ ਇਸ ਹਫਤੇ 24 ਮਈ ਨੂੰ ਹੋ ਰਹੀਆਂ ਜੀ ਦੋ ਫਿਲਮ ਰਿਲੀਜ਼ ਇੱਕ ਹੈਗੀ ਹੈ ਜੀ ਮੁਕਲਾਵਾ ਤੇ ਦੂਜੀ ਹੈਗੀ ਹੈ ਜੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਗੱਲ ਕਰੀਏ ਤੇ ਇਸ ਫਿਲਮ ਦੇ ਵਿੱਚ ਐਮੀ ਵਿਕ ਤੇ ਸੋਨਮ ਬਾਜਵਾ ਦੇ ਨਾਲ ਨਾਲ ਤੁਹਾਨੂੰ ਨਜ਼ਰ ਆਉਣਗੇ ਬੀ ਐਨ ਸ਼ਰਮਾ ਜੀ ਗੁਰਪ੍ਰੀਤ ਘੁੱਗੀ ਜੀ ਕਰਮਜੀਤ ਅਨਮੋਲ ਐਂਡ ਨਿਰਮਲ ਰਿਸ਼ੀ ਮੈਮ ਤੇ ਵੈਲ ਨਿਰਮਲ ਰਿਸ਼ੀ ਮੈਮ ਫਿਲਮ 'ਚ ਹੋਣ ਤੇ ਐਮੀ ਵਿਕ ਨੂੰ ਗਾਲਾਂ ਪੈਂਦੀਆਂ ਨਜ਼ਰ ਨਾ ਆਏ ਇਹ ਕਿੱਦਾਂ ਹੋ ਸਕਦਾ ਹੈ ਮੁਕਲਾਵਾ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਇਹ ਪੀਰੀਅਡ ਫਿਲਮ ਹੋਵੇਗੀ ਅਤੇ ਰੋਮਾਂਸ ਅਤੇ ਕਾਮੇਡੀ ਤਾਂ ਇਸ ਫਿਲਮ 'ਚ ਤੁਹਾਨੂੰ ਮਿਲੂਗੀ ਮਿਲੂਗੀ ਵੈਲ ਸੋਨਮ ਦਾ ਮੁਕਲਾਵਾ ਨਹੀਂ ਹੁੰਦਾ ਹੈ ਅਤੇ ਕਿਵੇਂ ਐਮੀ ਆਪਣੀ ਵੋਟੀ ਸੋਨਮ ਨੂੰ ਦੇਖਣ ਦੇ ਚਾਹ ਦੇ ਵਿੱਚ ਉਹਨਾਂ ਦੇ ਪਿੰਡ ਜਾਂਦੇ ਨੇ ਅਤੇ ਕਿਵੇਂ ਭੇਸ ਬਦਲਦੇ ਨੇ ਤਰਕੀਬਾਂ ਰਚਾਉਂਦੇ ਨੇ ਉਹਨਾਂ ਦਾ ਸੋਹਣਾ ਚਿਹਰਾ ਵੇਖਣ ਲਈ ਅਤੇ ਕਿਵੇਂ ਉਹ ਫਸ ਜਾਂਦੇ ਨੇ ਅਤੇ ਉਹਨਾਂ ਦੇ ਸੋਨਮ ਦੇ ਫਾਦਰ ਸਾਹਿਬ ਆਪਣੀ ਦੋਨੋਂ ਕੁੜੀਆਂ ਦਾ ਮੁਕਲਾਵਾ ਦੇਣ ਤੋਂ ਮਨਾ ਕਰਦੇ ਨੇ ਅਤੇ ਕਿਵੇਂ ਇਹ ਸਾਰਾ ਪੈਚਅਪ ਹੋਊਗਾ ਇਹ ਤੁਹਾਨੂੰ ਦੇਖਣਾ ਪਊਗਾ ਜੀ ਥੀਏਟਰ 'ਚ ਜਾ ਕੇ 24 ਤਰੀਕ ਨੂੰ ਕਿਉਂਕਿ 24 ਤਰੀਕ ਨੂੰ ਤਾਂ ਫਿਲਮ ਰਿਲੀਜ਼ ਹੋ ਰਹੀ ਹੈ ਜੇ ਫਿਲਮ ਦੇ ਗਾਣੇ ਦੀ ਗੱਲ ਕੀਤੀ ਜਾਵੇ ਨਾ ਤਾਂ ਸਾਰੇ ਗਾਣੇ ਨਾ ਸੁਪਰ ਡੁਪਰ ਹਿੱਟ ਜਾ ਰਹੇ ਨੇ ਭਾਵੇਂ ਗੁਲਾਬੀ ਪਾਣੀ ਹੋਵੇ ਕਾਲਾ ਸੂਟ ਹੋਵੇ ਜਾਂ ਫਿਰ ਹੋਵੇ ਵੰਗ ਦਾ ਨਾਪ ਅਤੇ ਐਮੀ ਨੇ ਅਤੇ ਸੋਨਮ ਦੀ ਵੰਗ ਦਾ ਨਾਪ ਬੰਨੇ ਦੇ ਤਾ ਹੈ ਅਤੇ ਜਿਹੜੀ ਮਿਲਣੀ ਹੈਗੀ ਹੈ ਜੀ ਉਹਨਾਂ ਨੂੰ 24 ਤਰੀਕ ਨੂੰ ਦੂਸਰੀ ਫਿਲਮ ਦੀ ਜਿਵੇਂ ਹੁਣ ਗੱਲ ਕਰਾਂ ਤਾਂ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਟ੍ਰੇਲਰ ਨੂੰ ਵੀ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਚੰਡੀਗੜ੍ਹ ਦੇ ਟ੍ਰੇਲਰ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੈਗਾ ਇਸ ਫਿਲਮ ਦਾ ਨਾਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਪਿਆ ਕਿਉਂ ਹੈ ਕਿਉਂਕਿ ਸਰਗੁਨ ਹੈਗੀ ਹੈ ਚੰਡੀਗੜ੍ਹ ਦੀ ਅਤੇ ਗਿੱਪੀ ਹੈਗੇ ਨੇ ਅੰਮ੍ਰਿਤਸਰ ਦੇ ਅਤੇ ਸਰਗੁਨ ਜਾਂਦੀ ਹੈ ਜੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਪਣੇ ਲਈ ਮੁੰਡਾ ਵੇਖਣ ਅਤੇ ਉੱਥੇ ਉਹਨਾਂ ਨੂੰ ਮਿਲ ਜਾਂਦੇ ਨੇ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਹੋ ਜਾਂਦੀ ਹੈ ਦੋਸਤੀ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਖੱਟੀਆਂ ਮਿੱਠੀਆਂ ਫਾਈਟਸ ਚੱਲਦੀਆਂ ਨੇ ਜਿਹੜੀਆਂ ਔਨ ਸਕਰੀਨ ਤੁਹਾਨੂੰ ਸਾਰਿਆਂ ਨੂੰ ਬਹੁਤ ਐਂਟਰਟੇਨ ਕਰਨਗੀਆਂ ਕਿਉਂਕਿ ਟ੍ਰੇਲਰ 'ਚ ਬਹੁਤ ਸੋਹਣੇ ਲੱਗ ਰਹੇ ਨੇ ਅਤੇ ਕਿਵੇਂ ਉਹਨਾਂ ਦੀ ਲੜਾਈ ਦੇ ਵਿੱਚ ਸਰਗੁਨ ਕਹਿ ਦਿੰਦੀ ਹੈ ਕਿ ਇਹੀ ਵਜ੍ਹਾ ਕਰਕੇ ਉਹਨਾਂ ਨੇ ਅੰਮ੍ਰਿਤਸਰ ਦੇ ਮੁੰਡੇ ਨੂੰ ਨਾ ਕਰਤੀ ਹੈ ਅਤੇ ਕਿਵੇਂ ਅੱਗੋਂ ਗਿੱਪੀ ਜਿਹੜਾ ਹੈਗਾ ਤਾੜ ਫੜ ਕੇ ਜਵਾਬ ਦਿੰਦੇ ਨੇ ਅਤੇ ਦੋਵੇਂ ਜੀ ਇੱਕ ਦੂਜੇ ਤੋਂ ਰੁੱਸ ਜਾਂਦੇ ਨੇ ਅਤੇ ਅੱਗੇ ਜਿਹੜੀ ਸਾਰੀ ਕਹਾਣੀ ਹੈ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਚੱਲੂਗੀ ਜੇ ਫਿਲਮ ਦੇ ਗਾਣੇ ਦੀ ਗੱਲ ਕਰੀਏ ਅਤੇ ਦੋਵੇਂ ਇਕੱਠੇ ਨੱਚੀਏ ਅਤੇ ਉਹਨਾਂ ਨੇ ਕਹਿਤਾ ਹੈ ਅਤੇ ਇਕੱਠੇ ਨੱਚ ਵੀ ਪੈਣਗੇ ਉਹ ਫਿਲਮ ਤੋਂ ਬਾਅਦ ਅਤੇ ਫਿਲਮ ਦੇ ਸਾਰੇ ਗਾਣੇ ਬਹੁਤ ਹਿੱਟ ਜਾ ਰਹੇ ਨੇ ਗਿੱਪੀ ਗਰੇਵਾਲ ਦੀ ਫਿਲਮ ਹੋਵੇ ਅਤੇ ਨਰੇਸ਼ ਕਥੂਰੀਆ ਨਾ ਹੋਣ ਇਹ ਕਿੱਦਾਂ ਹੋ ਸਕਦਾ ਜੀ ਅਤੇ ਫਿਲਮ ਦੀ ਕਹਾਣੀ ਜਿਹੜੀ ਹੈ ਲਿਖੀ ਹੈ ਨਰੇਸ਼ ਕਥੂਰੀਆ ਜੀ ਨੇ ਅਤੇ ਫਿਲਮ 'ਚ ਤੁਹਾਨੂੰ ਐਕਟ ਕਰਦੇ ਵੀ ਨਰੇਸ਼ ਕਥੂਰੀਆ ਨਜ਼ਰ ਆਉਣਗੇ ਦੇ ਟ੍ਰੇਲਰ ਨੂੰ ਗਾਣਿਆਂ ਨੂੰ ਬਹੁਤ ਸੋਹਣਾ ਵਿਊਅਰਸ ਵੱਲੋਂ ਰਿਸਪੌਂਸ ਮਿਲ ਰਿਹਾ ਅਤੇ ਕਹਿ ਸਕਦੇ ਹਾਂ ਕਿ ਟੱਕਰ ਜਿਹੜੀ ਹੈ ਬਰਾਬਰੀ ਦੀ ਚੱਲ ਰਹੀ ਹੈ ਅਤੇ ਵੈਲ ਹੁਣ 24 ਤਰੀਕ ਨੂੰ ਫੈਸਲਾ ਹੋਊਗਾ ਕਿ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜਿਹੜੀ ਹੈਗੀ ਹੈ ਫਿਲਮ ਮੁਕਲਾਵਾਬਾਜ਼ੀ ਮਾਰਦੀ ਹੈ ਜਾਂ ਫਿਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 'ਚ ਨਜ਼ਰ ਆਉਣ ਵਾਲੇ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦੀ ਫਿਲਮ ਚੱਕ ਦੇ ਫਟੇ ਕਰਦੀ ਹੈ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦੇ ਫੈਨਸ ਅਤੇ ਐਮ
ਅਮੀ ਵਿਰਕ ਤੇ ਸੋਨਮ ਬਾਜਵਾ ਦੇ ਫੈਨਸ ਹੋ ਜਾਓ ਜੀ ਤਿਆਰ ਮੁਕਾਬਲੇ ਲਈ ਜਿਹੜਾ ਹੋਣ ਜਾ ਰਿਹਾ 24 ਤਰੀਕ ਨੂੰ ਤੇ ਅੱਜ ਲਈ ਇਹਨਾਂ ਹੀ ਜਲਦੀ ਹਾਜ਼ਰ ਹੋਵਾਂਗੇ ਨਵੀਂ ਅਪਡੇਟਸ ਦੇ ਨਾਲ ਹੁਣ ਮੈਨੂੰ ਯਾਨੀ ਕਿ ਗੱਲ ਮਾਜ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਜੀ ਦੇਸੀ ਚੈਨਲ।